ਸਿੰਗਾਪੁਰ ਟੀਚਰ ਭੇਜਣਾ ਉਹਨਾਂ ਜ਼ਰੂਰੀ ਨਹੀਂ ਜਿਨ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਛੱਤਾਂ ਪੱਕੀਆਂ ਕਰਨੀਆਂ ਜ਼ਰੂਰੀ ਹੈ ਜਿਹੜਾ ਸਕੂਲ ਦੀ ਆ ਛੱਤ ਲੱਗੀ ਹੈ 1960 ਦਾ ਇਹ ਸਕੂਲ ਬਣਿਆ ਹੋਇਆ ਸੀ ਧਾਲੀਵਾਲ ਸਾਫ ਸਕੂਲਾਂ ਚ ਜਾਂਦੇ ਆ ਕਹਿੰਦੇ ਆ ਕਿ ਟਮਾਟਰ ਚੈੱਕ ਕਰਾਓ ਸਬਜ਼ੀ ਚ ਤਾਂ ਇਹ ਚੈੱਕ ਕਰਿਆ ਕਰੋ ਕਿ ਸਕੂਲ ਦੀ ਬਿਲਡਿੰਗ ਕਿਹੋ ਜੀ ਹੈ ਆ ਜਿਹੜੇ ਟਮਾਟਰ ਅਦਰਕ ਇਹਦੇ ਬਿਨਾ ਜਵਾਕ ਨਹੀਂ ਇਹਦੇ ਨਾਲ ਜਵਾਕ ਨਹੀਂ ਮਰਦੇ ਜੇ ਘਾਟ ਵੀ ਪੈ ਜੂ ਵਾਧੂ ਵੀ ਪੈ ਜੂ ਪੰਜਾਬ ਦੇ ਵਿੱਚ ਅਨੇਕਾਂ ਹੀ ਸਕੂਲ ਹੈ ਜਿਨ੍ਹਾਂ ਦੇ ਬਾਹਰ ਜਰੂਰ ਸਮਾਰਟ ਲਿਖਿਆ ਹੋਇਆ ਹੈ ਪਰ ਅੰਦਰ ਜਿਹੜੀਆਂ ਉਹਨਾਂ ਦੀਆਂ ਛੱਤਾਂ ਉਹ ਕੋਈ 40 ਸਾਲ ਪੁਰਾਣੀਆਂ ਕੋਈ 30 ਸਾਲ ਪੁਰਾਣੀਆਂ ਹੈ ਕਿਸੇ ਦੀ ਮਿਆਦ ਲੰਗੀ ਹੈ ਹਰਜੋਤ ਸਿੰਘ ਬੈਂ ਸਕੂਲ ਚ ਚਲੇ ਜਾਂਦੇ ਨੇ ਪੁੱਛਦੇ ਨੇ ਕਿ ਪ੍ਰਿੰਸੀਪਲ ਤੁਸੀਂ ਬਾਰੇ ਤੁਸੀਂ ਦੱਸਦੇ ਨਹੀਂ ਪ੍ਰਿੰਸੀਪਲ ਦੇ ਬਾਰੇ ਐਂ ਕਰਦੇ ਨਹੀਂ ਉਸੇ ਜਾ ਕੇ ਪੁੱਛਿਆ ਕਿ ਤੁਹਾਡੇ ਸਕੂਲ ਦੀਆਂ ਛੱਤਾਂ ਸਹੀ ਹੈ ਛੱਤਾਂ ਤੁਹਾਡੀਆਂ ਉਹੀ ਗਲੀਆਂਆਂ ਵੀ ਆ ਉੱਪਰੋਂ ਰੰਗ ਕਰਤਾ ਜੀ ਮਹੱਲਾ ਕਲੀਨਿਕ ਛੱਤਾਂ ਉਹੀ ਪੁਰਾਣੀਆਂ ਉੱਪਰੋਂ ਰੰਗ ਕਰਤਾ ਇਸ ਸਮਾਰਟ ਸਕੂਲ ਟੀਚਰ ਆ ਜਿਹੜੇ ਇਹ ਮਾਨ ਸਾਹਿਬ ਖੁਦ ਕਹਿੰਦੇ ਰਿਹਾ ਕਿ ਇਹ ਰਾਸ਼ਟਰ ਨਿਰਮਾਤਾ ਹੁੰਦੇ ਆ ਰਾਸ਼ਟਰ ਨਿਰਮਾਤਾ ਤਾਂ ਹੁਣ ਛੱਤ 'ਤੇ ਲੇਟਾ ਡਰੀ ਜਾਂਦਾ ਕੀ ਰਾਸ਼ਟਰ ਦਾ ਨਿਰਮਾਣ ਕਰੂਗਾ ਸਿੰਗਾਪੁਰ ਭਾਵੇਂ ਅਜੇ 5ਵੇਂ ਸਾਲ ਭੇਜ ਦਿਓ ਜੇ ਤੁਹਾਡੇ ਸਕੂਲ ਸਿੰਗਾਪੁਰ ਲੈਵਲ ਦੇ ਹੋਗੇ ਤੁਹਾਡੇ ਸਕੂਲਾਂ 'ਚ ਪ੍ਰਬੰਧ ਸਿੰਗਾਪੁਰ ਨਾਲ ਦੇ ਹੈ ਤੁਹਾਡੇ ਅੱਧੇ ਸਕੂਲਾਂ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਹੀ ਨਹੀਂ ਤੁਹਾਡੇ ਅੱਧੇ ਸਕੂਲਾਂ 'ਚ ਬੈਠਣ ਲਈ ਬੈਂਚ ਸਹੀ ਨਹੀਂ ਕਿਵੇਂ ਦੇਖਦੇ ਹੋ ਬੱਦੋਵਾਲ ਸਕੂਲ ਦੀ ਛੱਤ ਡਿੱਗੀ ਐ ਟੀਚਰ ਦੀ ਮੌਤ ਹੋਈ ਐ ਜ਼ਖਮੀ ਵੀ ਹੋਏ ਆ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਸਰਕਾਰ ਵੱਲੋਂ ਭੇਜਿਆ ਜਾਂਦਾ ਸਿੰਗਾਪੁਰ ਟੀਚਰਾਂ ਨੂੰ ਕਿ ਅਸੀਂ ਉੱਥੇ ਭੇਜਦੇ ਆਂ ਟ੍ਰੇਨਿੰਗ ਲੈ ਕੇ ਆਉਣਗੇ ਵਧੀਆ ਹੋਊਗਾ ਮਤਲਬ ਸਿੰਗਾਪੁਰ ਭੇਜਣਾ ਜ਼ਰੂਰੀ ਐ ਕਿ ਪਹਿਲਾਂ ਛੱਤਾਂ ਪੱਕੀਆਂ ਕਰਨੀ ਚਾਹੀਦੀਆਂ ਸਰਕਾਰ ਨੇ ਜਦੋਂ ਤੋਂ ਆਈ ਐ ਉਦੋਂ ਤੋਂ ਲਗਾਤਾਰ ਇਹਨਾਂ ਦਾ ਇੱਕ ਦੋ ਗੱਲਾਂ ਸੀ ਪਿਛਲੇ ਚੋਣਾਂ ਦੇ ਦੌਰਾਨ ਦੋ ਮੁੱਦੇ ਸੀ ਕਿ ਸਿਹਤ ਤੇ ਸਿੱਖਿਆ ਬਹੁਤ ਕਿਹਾ ਗਿਆ ਸੀ ਕਿ ਸਿੱਖਿਆ ਦੇ ਖੇਤਰ 'ਚ ਐਡੀ ਕ੍ਰਾਂਤੀ ਆਊਗੀ ਕਿ ਦੇਖਦੇ ਜਾਓਗੇ ਅਸੀਂ ਇਹ ਕਹਿੰਦੇ ਕਿ ਸਾਰਾ ਕੰਮ ਹੀ ਜਿਹੜਾ ਉਹ ਇਹਨਾਂ 1.5 ਸਾਲ ਜਾਂ ਪੌਣੇ 2 ਸਾਲ ਚ ਹੀ ਹੋਣਾ ਸਾਰਾ ਕੰਮ ਇਹ 1.5 ਪੌਣੇ 2 ਸਾਲ ਚ ਨਹੀਂ ਹੋ ਸਕਦਾ ਸਰਕਾਰ 5 ਸਾਲ ਹੀ ਹੁੰਦੀ ਹੈ 5 ਸਾਲ ਦਾ ਸਮਾਂ ਵੀ ਚਾਹੀਦਾ ਪਰ ਮੁੱਖ ਮਕਸਦ ਕੀ ਰੱਖਦਾ ਹੈ ਕਿ ਜੇ 100 ਕਿਲੋਮੀਟਰ ਦਾ ਸਫ਼ਰ ਹੈ ਉਹ ਤੁਸੀਂ 1 ਘੰਟੇ ਦੇ ਤਹਿ ਕਰਨਾ ਤਾਂ ਤੁਸੀਂ ਇਹਦੇ 15 ਮਿੰਟਾਂ ਉਹਨਾਂ ਚ ਕਿੰਨੇ ਕਿਲੋਮੀਟਰ ਤੈਅ ਕਰ ਗਏ ਇਹ ਤਾਂ ਕਲੀਅਰ ਕਰੋ ਨਾ ਕਿ ਤੁਸੀਂ ਕਿੰਨਾ ਕੰਮ ਕਰਤਾ ਸਰਕਾਰ ਨੇ ਸਿੰਘਾਪੁਰ ਚ ਕੋ ਜਿਹੜੇ ਟੀਚਰ ਭੇਜਣ ਵਾਸਤੇ ਪ੍ਰਚਾਰ ਤੇ ਬਹੁਤ ਜ਼ੋਰ ਲਾਇਆ ਸਿੰਘਾਪੁਰ ਟੀਚਰ ਵੀ ਭੇਜੇ ਬਾਅਦ ਚ ਆ ਕੇ ਵਾਵਾ ਵੀ ਖਾਈ ਦੇਖੋ ਜੀ ਆਹ ਕਰਤਾ ਸੀ ਉਹ ਕਰਤਾ ਉੱਥੇ ਵੀ ਕਈ ਮੁੱਦੇ ਚੱਲੇ ਕਿਸ਼ਪਾਰ ਚ ਹੀ ਗਏ ਹੈ ਸਿੰਘਾਪੁਰ ਟੀਚਰ ਭੇਜਣਾ ਉਹਨਾਂ ਜ਼ਰੂਰੀ ਨਹੀਂ ਜਿੰਨਾ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਛੱਤਾਂ ਪੱਕੀਆਂ ਕਰਨੀਆਂ ਜ਼ਰੂਰੀ ਹੈ ਜਿਹੜਾ ਸਕੂਲ ਦੀ ਛੱਤ ਡਿੱਗੀ ਹੈ 1960 ਦਾ ਇਹ ਸਕੂਲ ਬਣਿਆ ਹੋਇਆ ਸੀ 1960 ਦਾ ਬਣਿਆ ਹੋਇਆ ਸੀ ਇਹ ਕਮਰਾ ਸਟਾਫ ਰੂਮ ਸੀ ਉਹਦੇ ਵਿੱਚ ਸਾਰੇ ਟੀਚਰ ਬੈਠੇ ਸੀ ਕੁਝ ਨੇ ਤਾਂ ਭੱਜ ਗਏ ਵਿੱਚੋਂ ਨਿਕਲ ਗਏ ਤੇ ਜਿਹੜੇ ਬਾਕੀ ਸੀ ਉਹਨਾਂ ਚੋਂ ਚਾਰ ਜਾਣੇ ਦੇ ਲੈਂਟਰ ਥੱਲੇ ਆ ਗਏ ਜਿਨ੍ਹਾਂ ਦੇ ਵਿੱਚੋਂ ਤਿੰਨ ਬੇਹਦ ਗੰਭੀਰ ਜ਼ਖਮੀ ਐ ਇੱਕ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਐ ਤੇ ਇੱਕ ਜਿਹੜੀ ਚਰਚਾ ਵੀ ਚੱਲ ਰਹੀ ਐ ਕਿ ਇੱਕ ਟੀਚਰ ਦੀ ਹੋਰ ਮੌਤ ਦੀ ਖਬਰ ਵੀ ਆ ਸਕਦੀ ਐ ਅਸੀਂ ਕਹਿਣਾ ਕਿ ਨਾ ਆਵੇ ਪਰ ਉਹ ਵੀ ਆ ਸਕਦੀ ਐ ਤੁਸੀਂ ਸਿੰਗਾਪੁਰ ਟੀਚਰਾਂ ਨੂੰ ਭੇਜੀ ਜਾਂਦੇ ਹੋ ਪ੍ਰਿੰਸੀਪਲਾਂ ਨੂੰ ਭੇਜੀ ਜਾਂਦੇ ਹੋ ਸਕੂਲਾਂ 'ਚ ਤੁਹਾਡਿਆਂ ਦੇ ਵਿੱਚ ਬਿਲਡਿੰਗਾਂ ਸੇਫ ਨਹੀਂ ਹਜਾ ਕੁਦਾ ਨਾ ਖਾਸਤਾ ਜੀ ਕਿਤੇ ਉਹ ਬੱਚਿਆਂ ਵਾਲੇ ਜਿੱਥੇ ਬੱਚੇ ਸੀ ਉਹ ਬਿਲਡਿੰਗ ਡਿੱਗ ਪੈਂਦੀ ਉਹਥੇ ਜਿਹੜੇ ਬੱਚਿਆਂ ਵਾਲੇ ਉਥੇ ਛੱਤ ਡਿੱਗ ਪੈਂਦੀ ਕਿੰਨੇ ਬੱਚੇ ਨੁਕਸਾਨੇ ਜਾਣੇ ਸੀ ਕਿੰਨੇ ਬੱਚਿਆਂ ਦੇ ਸੱਟਾਂ ਵੱਜ ਜਾਣੇ ਸੀ ਕਿੰਨੇ ਬੱਚੇ ਅੱਜ ਆਪਣੇ ਮਾਪਿਆਂ ਤੋਂ ਦੂਰ ਹੋ ਜਾਣੇ ਸੀ ਤੁਸੀਂ ਵਾ ਵਾ ਖੱਟਣ ਦੇ ਚੱਕਰ 'ਚ ਤੁਸੀਂ ਸਿਰਫ ਹਵਾ ਬਣਾਉਣ ਦੇ ਚੱਕਰ ਦੇ ਵਿੱਚ ਸਿੰਗਾਪੁਰ ਦੇ ਜਿਹੜੇ ਬੋਰਡ ਜ਼ਰੂਰ ਲਾ ਰਹੇ ਹੋ ਪਰ ਅਸਲ ਜਿਹੜੀ ਜ਼ਮੀਨੀ ਪੱਧਰ ਤੇ ਕੰਮ ਕਰਨੇ ਉਹ ਬਿਲਕੁਲ ਨਹੀਂ ਹੋ ਰਹੇ ਪੰਜਾਬ ਦੇ ਇਕੱਲਾ ਇਹ ਸਕੂਲ ਨਹੀਂ ਪੰਜਾਬ ਦੇ ਵਿੱਚ ਅਨੇਕਾਂ ਹੀ ਸਕੂਲ ਹੈ ਜਿਨ੍ਹਾਂ ਦੇ ਬਾਹਰ ਜਰੂਰ ਸਮਾਰਟ ਲਿਖਿਆ ਹੋਇਆ ਹੈ ਪਰ ਅੰਦਰ ਜਿਹੜੀਆਂ ਉਹਨਾਂ ਦੀਆਂ ਛੱਤਾਂ ਉਹ ਕੋਈ 40 ਸਾਲ ਪੁਰਾਣੀਆਂ ਹੈ ਕੋਈ 30 ਸਾਲ ਪੁਰਾਣੀਆਂ ਹੈ ਕਿਸੇ ਦੀ ਮਿਆਦ ਨੰਗੀ ਹੈ ਜਿਨ੍ਹਾਂ ਨੂੰ ਮਹਿਕਮੇ ਵੀ ਇਹ ਕਹਿ ਗਿਆ ਕਿ ਤਾਂ ਜੀ ਮਤਲਬ ਸਾਡੇ ਵੱਲੋਂ ਇਹਨਾਂ ਦੀ ਡੈਡ ਪੂਰੀ ਹੋ ਚੁੱਕੀ ਹੈ ਉਹ ਅੱਜ ਵੀ ਮੌਜੂਦ ਨਹੀਂ ਉਹਨਾਂ ਦੇ ਤੁਸੀਂ ਕੀ ਕੰਮ ਕਰ ਰਹੇ ਹੋ ਮਾਨ ਸਾਹਿਬ ਬੜੇ ਵੱਡੇ ਬਿਆਨ ਦਿੰਦੇ ਨੇ ਹਰਜੋਤ ਸਿੰਘ ਬੈਂਸ ਜੀ ਬੜੇ ਵੱਡੇ ਬਿਆਨ ਦਿੰਦੇ ਨੇ ਪਰ ਜ਼ਮੀਨੀ ਹਕੀਕਤ ਕੀ ਹੈ ਹਰਜੋਤ ਸਿੰਘ ਬੈਂਸ ਸਕੂਲ ਚ ਚਲੇ ਜਾਂਦੇ ਨੇ ਪੁੱਛਦੇ ਨੇ ਕਿ ਪ੍ਰਿੰਸੀਪਲ ਤੁਸੀਂ ਬਾਰੇ ਤੁਸੀਂ ਦੱਸਦੇ ਨਹੀਂ ਪ੍ਰਿੰਸੀਪਲ ਦੇ ਬਾਰੇ ਐ ਕਰਦੇ ਨੇ ਉਥੇ ਜਾ ਕੇ ਪੁੱਛਿਆ ਕਿ ਤੁਹਾਡੇ ਸਕੂਲ ਦੀਆਂ ਛੱਤਾਂ ਸਹੀ ਹੈ ਤੁਹਾਡੇ ਸਕੂਲ ਦੇ ਸਾਰਾ ਸਮਾਨ ਸਹੀ ਹੈ ਕੱਲ ਨੂੰ ਕੋਈ ਤੁਹਾਡੇ ਸਕੂਲ ਦੀ ਬਿਲਡਿੰਗ ਬੱਚਿਆਂ ਉੱਤੇ ਤਾਂ ਨਹੀਂ ਡੇਗਦੀ ਇਹ ਜਾ ਕੇ ਪੁੱਛਿਆ ਹੋਰ ਹੀ ਗੱਲਾਂ ਮਾਰੀ ਜਾਂਦੇ ਜਿਹੜੀਆਂ ਗੱਲਾਂ ਦਾ ਹਾਲੇ ਲੋੜ ਨਹੀਂ ਪਹਿਲਾਂ ਤੁਸੀਂ ਸਮਾਨ ਦਿਓ ਪਹਿਲਾਂ ਤੁਸੀਂ ਉਹਨਾਂ ਨੂੰ ਜਿਹੜਾ ਪੂਰਾ ਪ੍ਰਬੰਧ ਕਰਕੇ ਦਿਓ ਫਿਰ ਸਵਾਲ ਕਰ ਲਿਓ ਫਿਰ ਉਹਨਾਂ ਨੂੰ ਖਿੱਚ ਵੀ ਲਿਓ ਮਾਸਟਰਾਂ ਨੂੰ ਸਮਾਨ ਨਹੀਂ ਮਿਲਦਾ ਉਹਨਾਂ ਨੂੰ ਪੜ੍ਹਾਈ ਲਈ ਸਾਰਾ ਜਿਹੜੀ ਪ੍ਰਬੰਧ ਨਹੀਂ ਮਿਲਦੇ ਬੜਾ ਵਾਤਾਵਰਣ ਨਹੀਂ ਮਿਲਦਾ ਗੱਲਾਂ ਇਹ ਹੋਰ ਹੀ ਕਰੀ ਜਾਣਗੀਆਂ ਅੱਜ ਚਾਰ ਟੀਚਰਾਂ ਤੇ ਹੋਈ ਹੈ ਜਿਸ ਤਰੀਕੇ ਨਾਲ ਹਾਲਾਤ ਚੱਲ ਰਹੇ ਆ ਜਿਸ ਤਰੀਕੇ ਨਾਲ ਸਕੂਲਾਂ ਦੀਆਂ ਬਿਲਡਿੰਗਾਂ ਦੇ ਹਾਲਾਤ ਹੈ ਆਉਣ ਵਾਲੇ ਦਿਨਾਂ ਚ 400 ਦੇ ਕਰੀਬ ਇਹ ਹਟਨਾਵਾਂ ਹੋ ਸਕਦੀਆਂ ਜੇ ਸਰਕਾਰ ਨੇ ਇਹਨਾਂ ਨੂੰ ਸੰਜੀਦਗੀ ਦੇ ਨਾਲ ਨਾ ਲਿਆ ਕਿਉਂਕਿ ਸਰਕਾਰ ਦਾ ਧਿਆਨ ਹੋਰ ਪਾਸੇ ਆ ਮੁੱਖ ਮੰਤਰੀ ਪੰਜਾਬ ਚ ਹੜ ਆਇਆ ਮੁੱਖ ਮੰਤਰੀ ਛਤੀਸਗੜ ਚ ਪ੍ਰਚਾਰ ਕਰਦੇ ਫਿਰਦੇ ਭਈ ਪਹਿਲਾਂ ਪੰਜਾਬ ਸੰਭਲੋ ਪੰਜਾਬ ਸੰਭਲੋ ਉਸ ਤੋਂ ਬਾਅਦ ਜਿਤਨ ਮਰਜ਼ੀ ਚਲੇ ਜਾਇਓ ਤੁਹਾਨੂੰ ਮੁੱਖ ਮੰਤਰੀ ਪੰਜਾਬ ਦਾ ਲਾਣੇ ਐਨੇ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਲਗਾਏ ਹੋਣ ਐਨੇ ਜਿਹੜੇ ਕੈਪਟਨ ਮਰਿੰਦਰ ਸਿੰਘ ਨੇ ਵੀ ਲਗਾਏ ਹੋਣੇ ਤੇ ਐਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਗਾਏ ਹੋਣੇ ਜਿੰਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੂਜੇ ਸੂਬਿਆਂ ਤੇ ਲਾ ਰਹੇ ਆ ਤੁਸੀਂ ਸਰਕਾਰ ਬਣਾਉਣੀ ਆ ਆਪਣੀ ਪਾਰਟੀ ਦੀ ਰਾਜ ਕੇ ਬਣਾਓ ਪਰ ਪਹਿਲਾਂ ਜਿੱਥੇ ਬਣੀ ਆ ਉਹਨੂੰ ਤਾਂ ਸਿਰੇ ਚੜਾ ਦਿਓ ਉੱਥੇ ਤਾਂ ਤੁਸੀਂ ਕੰਮ ਕਰ ਲਓ ਤੁਸੀਂ ਸਕੂਲਾਂ ਦੇ ਵਿੱਚ ਨਹੀਂ ਮੈਂ ਤੁਹਾਨੂੰ ਲੈ ਚੱਲਦਾ ਤੁਸੀਂ ਜਿੰਨੀਆਂ ਪਿੰਡਾਂ ਦੀਆਂ ਡਿਸਪੈਂਸਰੀਆਂ ਜਿੰਨੇ ਉੱਥੇ ਪੀਐਸਸੀ ਸੈਂਟਰ ਹੈ ਜਾਂ ਛੋਟੇ ਪੱਦਰ ਦੇ ਜਿਹੜੇ ਸਬ ਸੈਂਟਰ ਹੈ ਉਹਨਾਂ ਦੀ ਲਗਭਗ 50% ਦੀਆਂ ਬਿਲਡਿੰਗਾਂ ਖਸਤਾ ਹਾਲ ਦੇ ਵਿੱਚ ਹੈ ਕਿਸੇ ਚ ਇਨਾ ਨਾ ਪਾਣੀ ਭਰਿਆ ਪਿਆ ਗੋਡੇ-ਗੋਡੇ ਕਿਸੇ ਦੀਆਂ ਛੱਤਾਂ ਕਮਜ਼ੋਰ ਹੈ ਮਹਿਕਮੇ ਲਿਖ ਕੇ ਦੇ ਗਏ ਆ ਕਿ ਜੀ ਇਹ ਖਸਤਾ ਹਾਲਤ ਹੈ ਇਹਨੂੰ ਡਿਕਲੇਅਰ ਕਰੋ ਕਿ ਅੱਜ ਤੋਂ ਬਾਅਦ ਇੱਥੇ ਬੈਠੋ ਨਾ ਪਰ ਉੱਥੇ ਫਿਰ ਵੀ ਬਹਿ ਕੇ ਸਟਾਫ ਕੰਮ ਕਰ ਰਿਹਾ ਕਿ ਉਹ ਜਾਵੇ ਕਿੱਥੇ ਉਹ ਕੰਮ ਕਿੱਥੇ ਕਰੇ ਤੁਸੀਂ ਉਧਰ ਧਿਆਨ ਨਹੀਂ ਤੁਸੀਂ ਮਹੱਲਾ ਕਲੀਨਿਕਾ ਬਣਾ ਰਹੇ ਹੋ ਰੰਗ ਕਰ ਕਰਕੇ ਛੱਤਾਂ ਥੋਡੀਆਂ ਉਹੀ ਪ੍ਰਾਣ ਛੱਤਾਂ ਥੋੜੀਆਂ ਉਹੀ ਗਲੀਆਂ ਵੀ ਆ ਉਪਰੋਂ ਰੰਗ ਕਰਤਾ ਜੀ ਮਹੱਲਾ ਕਲੀਨਿਕ ਛੱਤਾਂ ਉਹੀ ਪ੍ਰਾਣੀਆਂ ਉਪਰੋਂ ਰੰਗ ਕਰਤਾ ਇਸ ਸਮਾਰਟ ਸਕੂਲ ਆਏ ਨਾ ਤਾਂ ਮਹੱਲਾ ਕਲੀਨਿਕ ਬਣ ਨਾ ਸਮਾਰਟ ਸਕੂਲ ਬਣ ਜਿੰਨਾ ਚਿਰ ਉਹਦੀਆਂ ਛੱਤਾਂ ਹੀ ਨਹੀਂ ਸਹੀ ਉਹਦੀ ਬਿਲਡਿੰਗ ਹੀ ਨਹੀਂ ਸਹੀ ਤੁਸੀਂ ਕਰੋਗੇ ਕੀ ਮਾਨ ਸਾਹਿਬ ਤੇ ਇਹ ਸਰਕਾਰ ਅੱਗੇ ਇਹੀ ਅਪੀਲ ਹੈ ਕਿ ਬੋਰਡਾਂ ਤੇ ਪੈਸਾ ਕੱਟ ਲਾ ਕੇ ਮਸ਼ਹੂਰੀ ਤੇ ਪੈਸਾ ਕੱਟ ਲਾ ਕੇ ਵਾਵਾ ਤੇ ਪੈਸਾ ਕੱਟ ਲਾ ਕੇ ਫਾਲਤੂ ਗੱਲਾਂ ਤੇ ਪੈਸਾ ਕੱਟ ਲਾ ਕੇ ਅਸਲ ਪੈਸਾ ਲਾਉਣਾ ਤਾਂ ਉੱਥੇ ਲਾਓ ਜਿੱਥੇ ਜ਼ਰੂਰੀ ਹੈ ਟੀਚਰ ਆ ਜਿਹੜੇ ਇਹ ਮਾਨ ਸਾਹਿਬ ਖੁਦ ਕਹਿੰਦੇ ਰਹੇ ਆ ਕਿ ਇਹ ਰਾਸ਼ਟਰ ਨਿਰਮਾਤਾ ਹੁੰਦੇ ਆ ਰਾਸ਼ਟਰ ਨਿਰਮਾਤਾ ਤਾਂ ਛੱਤ 'ਤੇ ਲੈ ਬੈਠਾ ਡਰੀ ਜਾਂਦਾ ਕੀ ਰਾਸ਼ਟਰ ਦਾ ਨਿਰਮਾਣ ਕਰੂਗਾ ਐ ਨਹੀਂ ਪਤਾ ਕਿ ਇਹ ਜਿੱਸ ਛੱਤ 'ਤੇ ਬੈਠਿਆ ਤੇ ਉਹ ਵੀ ਲੈ ਛੱਤ 'ਤੇ ਦੇ ਬੱਚਿਆਂ ਸੰਨੇ ਮਾਸਟਰ ਦਾ ਹੀ ਰਾਸ਼ਟਰ ਨਿਰਮਾਣ ਹੋ ਜੇ ਇਹਨਾਂ ਨੇ ਕਿਹਾ ਸੀ ਮਾਸਟਰਾਂ ਨੂੰ ਸਿੰਗਾਪੁਰ ਭੇਜਣਾ ਮੈਨੂੰ ਲੱਗਦਾ ਵੀ ਜਿਸ ਸਾਡੇ ਸਕੂਲਾਂ ਦੀਆਂ ਛੱਤਾਂ ਨਹੀਂ ਪਈਆਂ ਇਹ ਮਾਸਟਰਾਂ ਨੂੰ ਸਵਰਗ 'ਚ ਭੇਜਣ ਦੀ ਤਿਆਰੀ ਹੈ ਇਹ ਸਿੰਗਾਪੁਰ ਨਹੀਂ ਭੇਜਣਗੇ ਜਿਹੜੇ ਭੇਜੇ ਆ ਉਹ ਤਾਂ ਵੱਖਰੀ ਗੱਲ ਆ ਆ ਕੇ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਪਹਿਲਾਂ ਤੁਹਾਡੇ ਸਕੂਲ ਸਿੰਗਾਪੁਰ ਨਾਲ ਦੇ ਹੈ ਤੁਹਾਡੇ ਸਕੂਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਸਿੰਗਾਪੁਰ ਦੇ ਨਾਲ ਦਾ ਹੈ ਤੁਹਾਡੇ ਸਕੂਲਾਂ ਚ ਪ੍ਰਬੰਧ ਸਿੰਗਾਪੁਰ ਨਾਲ ਦੇ ਹੈ ਤੁਹਾਡੇ ਅੱਧੇ ਸਕੂਲਾਂ ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਹੀ ਨਹੀਂ ਤੁਹਾਡੇ ਅੱਧੇ ਸਕੂਲਾਂ ਚ ਬੈਠਣ ਲਈ ਬੈਂਚ ਸਹੀ ਨਹੀਂ ਤੁਹਾਡੇ ਅੱਧੇ ਅੱਧੇ ਸਕੂਲਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਈਆਂ ਨੂੰ ਵਰਦੀਆਂ ਨਹੀਂ ਸਹੀ ਮਿਲ ਰਹੀਆਂ ਜਦੋਂ ਤੁਹਾਡੇ ਸਕੂਲਾਂ ਦੇ ਵਿੱਚ ਪ੍ਰਬੰਧ ਹੀ ਨਹੀਂ ਸਹੀ ਫਿਰ ਉਹਨੂੰ ਸਿੰਗਾਪੁਰ ਭੇਜਦੇ ਆ ਭਾ ਮੈਨੇਡਾ ਭੇਜ ਦੋ ਮਾਸਟਰਾ ਲੈ ਕੇ ਕਰੂ ਕੀ ਮੈਨਾਂ ਤੁਹਾਨੂੰ ਉਹੀ ਕੁਸ਼ ਹੈ ਇਹ ਕਹਿੰਦੇ ਸੀ ਜੀ ਅਸੀਂ ਟੀਚਰਾਂ ਦੀਆਂ ਡਿਊਟੀਆਂ ਨਹੀਂ ਲਾਉਣੀਆਂ ਜੀ ਕਿਸੇ ਅੱਜ ਤੁਸੀਂ ਚੈੱਕ ਕਰ ਲਓ ਸਭ ਟੀਚਰ ਵੋਟਾਂ ਬਣਾ ਰਹੇ ਆ ਸਭ ਉਹੀ ਕੰਮਾਂ ਤੇ ਲੱਗੇ ਹੋਏ ਆ ਕੋਈ ਉਹਨਾਂ ਨੂੰ ਰੈਲ ਨਹੀਂ ਕੁਛ ਨਹੀਂ ਪਹਿਲਾਂ ਕਹਿੰਦੇ ਜੀ ਡਿਊਟੀ ਕਰਕੇਓ ਫਿਰ ਕਹਿੰਦੇ ਜੀ ਇਹ ਕੰਮ ਕਰਕੇਓ ਕਈ ਲੋਕ ਇਹ ਕਹਿੰਦੇ ਆ ਕਿ ਟੀਚਰਾਂ ਨੂੰ ਤਾਂ ਜੀ ਡਿਊਟੀ ਛੋੜਾ ਸਮਾਂ ਜਿਹੜਾ ਦੇਸ਼ ਦੇ ਨਿਰਮਾਨ ਲਈ ਕੰਮ ਕਰਦਾ ਜਿਹੜੇ ਨੇ ਬੱਚਿਆਂ ਨੂੰ ਪੜਾਉਣਾ ਉਹਨੂੰ ਰਿਲੈਕਸ ਵੀ ਚਾਹੀਦਾ ਉਹ ਜੇ ਖੁਦ ਪੜੂਗਾ ਤਾਂ ਪੜਾਊਗਾ ਉਹਨੂੰ ਤਾਂ ਸਮਾਂ ਦਿੱਤਾ ਜਾਂਦਾ ਹਰੇਕ ਦੇਸ਼ ਵੱਲੋਂ ਸਮਾਂ ਦਿੱਤਾ ਜਾਂਦਾ ਉਹਨੂੰ ਰਿਲੈਕਸ ਕਰਨ ਲਈ ਸਮਾਂ ਦਿੱਤਾ ਜਾਂਦਾ ਕਿ ਤੂੰ ਪੜ੍ਹੇਂਗਾ ਮਾਸਟਰ ਵਕੀਲ ਤੇ ਡਾਕਟਰ ਇਹ ਜੇ ਪੜਨਗੇ ਤਾਹੇ ਕੋ ਛੱਗੇ ਬਾਸ ਸਕਣਗੇ ਨਹੀਂ ਉੱਥੇ ਹੀ ਖੜ ਜਾਂਦੇ ਆ ਤੇ ਜਿਹੜਾ ਇਹਨਾਂ ਚੋਂ ਨਹੀਂ ਪੜਦਾ ਉਹਦੀ ਤਰੱਕੀ ਨਹੀਂ ਹੁੰਦੀ ਸੋ ਇਹ ਜਿਹੜਾ ਮਾਸਟਰਾਂ ਦੀ ਡਿਊਟੀ ਦਾ ਸਮਾਂ ਹੁੰਦਾ ਤਾਂ ਕਰਕੇ ਹੀ ਰੱਖਿਆ ਜਾਂਦਾ ਇਹਨਾਂ ਕਿ ਇਹਨੇ ਸਮੇਂ ਤੱਕ ਕੋ ਪੜਾਉਦੇ ਪੜਾਉਣਗੇ ਉਸ ਤੋਂ ਬਾਅਦ ਪੜਨਗੇ ਫਿਰ ਅਗਲੇ ਦਿਨ ਪੜਾਉਣਗੇ ਪਰ ਇੱਥੇ ਦਾ ਵੋਟਾ ਬਣਾਓ ਮਾਸਟਰ ਜੀ ਨੀਲੇ ਕਾਰਡ ਬਣਾਓ ਮਾਸਟਰ ਜੀ ਰਾਸ਼ਨ ਕਾਰਡ ਬਣਾਓ ਮਾਸਟਰ ਜੀ ਉਹਨਾਂ ਨੂੰ ਇੱਧਰ ਤੋਰੀ ਰੱਖਦੇ ਆ ਤੇ ਜਿਹੜੇ ਰਹਿੰਦੇ ਖੁੰਦੇ ਸਕੂਲਾਂ 'ਚ ਬੈਠੇ ਉਹਨਾਂ ਦੇ ਛੱਤਾਂ ਡਿੱਗੀ ਜਾਂਦੀਆਂ ਸੋ ਇਸ ਕਰਕੇ ਸਿੰਗਾਪੁਰ ਭਾਵੇਂ ਹਜੇ 5ਵੇਂ ਹਾਲ ਭੇਜ ਦਿਓ ਜੋ ਤੁਹਾਡੇ ਸਕੂਲ ਸਿੰਗਾਪੁਰ ਲੈਵਲ ਦੇ ਜਿਹੜੇ ਸਕੂਲਾਂ 'ਚ ਪਾਣੀ ਖੜਦਾ ਉਹਨਾਂ ਸਕੂਲਾਂ ਨੂੰ ਉੱਚੇ ਕਰੋ ਤੇ ਸਕੂਲਾਂ 'ਚ ਸਹੀ ਪ੍ਰਬੰਧ ਕਰੋ ਅੱਜ ਵੀ ਮੈਂ ਤੁਹਾਨੂੰ ਦਿਖਾ ਕੇ ਅੱਖੀਂ ਦਿਖਾ ਸਕਦਾ ਕਿ ਇੱਕ-ਇੱਕ ਹਲਕੇ ਦੇ ਵਿੱਚ 15-15 ਸਕੂਲ ਆ ਜਿਹੜੇ ਉਹ ਇਸ ਟਾਈਮ ਖਸਤਾ ਹਾਲਤ ਦੇ ਵਿੱਚ ਆ ਕਦੋਂ ਵੀ ਕਿਸੇ ਵੀ ਵਤਮੇ ਬੱਚਿਆਂ ਤੇ ਡਿੱਗ ਸਕਦੇ ਆ ਉਹਨਾਂ ਵੱਲ ਮਾਨ ਸਾਹਿਬ ਦੀ ਸਰਕਾਰ ਨੂੰ ਧਿਆਨ ਦੇ ਕੇ ਉਹਨਾਂ ਵੱਲ ਗੌਰ ਕਰਕੇ ਜਿਹੜਾ ਸਾਡੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਤੇ ਵਿੱਚ ਬੈਠੇ ਅਧਿਆਪਕਾਂ ਦੀ ਜ਼ਿੰਦਗੀ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਸਿੰਗਾਪੁਰ ਭੇਜਣ ਦੀ ਲੋੜ ਹੈ ਇੱਕ ਗੱਲ ਹੋਰ ਧਾਲੀਵਾਲ ਸਾਫ ਸਕੂਲਾਂ 'ਚ ਜਾਂਦੇ ਆ ਕਹਿੰਦੇ ਆ ਕਿ ਟਮਾਟਰ ਚੈੱਕ ਕਰਾਓ ਸਬਜ਼ੀ 'ਚ ਕਦੇ ਜਾ ਕੇ ਚੈੱਕ ਕੀਤਾ ਕਿ ਬਿਲਡਿੰਗਾਂ ਚੈੱਕ ਕਰਾਓ ਸਕੂਲਾਂ ਦੀਆਂ ਦਾਲ ਤੇ ਟਮਾਟਰ ਹੈ ਜਾਂ ਨਹੀਂ ਹੈ ਇਹ ਤਾਂ ਕੋਈ ਗੱਲ ਨਹੀਂ ਜਵਾਕਾਂ ਦਾ ਕੋਈ ਨੁਕਸਾਨ ਨਹੀਂ ਕਰਦਾ ਟਮਾਟਰ ਵੱਧ ਪੈ ਜੂ ਘੱਟ ਪੈ ਜੂ ਨਾ ਪਉ ਪਰ ਜਿਹੜੀਆਂ ਬਿਲਡਿੰਗਾਂ ਡੈਪੀਆਂ ਨੇ ਟੀਚਰ ਮਾਰਤੇ ਕੱਲ ਨੂੰ ਬੱਚੇ ਮਾਰੂਗੀ ਧਾਲੀਵਾਲ ਸਾਫ ਸਕੂਲਾਂ 'ਚ ਜਾਂਦੇ ਹੋ ਨਾ ਤਾਂ ਪਹਿਲਾਂ ਇਹ ਚੈੱਕ ਕਰਿਆ ਕਰੋ ਕਿ ਸਕੂਲ ਦੀ ਬਿਲਡਿੰਗ ਕਿਹੋ ਜੀ ਹੈ ਸਕੂਲ ਦੇ ਅੰਦਰ ਸਮਾਨ ਕਿਹੋ ਜਿਹਾ ਹੈ ਆ ਜਿਹੜੇ ਟਮਾਟਰ ਅਦਰਕ ਇਹਦੇ ਬਿਨਾ ਜਵਾਕ ਨਹੀਂ ਇਹਦੇ ਨਾਲ ਜਵਾਕ ਨਹੀਂ ਮਰਦੇ ਜੇ ਘੱਟ ਵੀ ਪੈ ਜੂ ਵੱਧ ਵੀ ਪੈ ਜੂ ਉਹਦੇ ਲਈ ਵੀ ਕਰਾ ਤੁਸੀਂ ਬਹੁਤ ਜ਼ਿਆਦਾ ਫੰਡ ਭੇਜਦੇ ਜਿਹੜਾ ਉਹ ਲੋਕ ਪਾਉਣ ਪਰ ਜਿਹੜੀਆਂ ਅਸਲ ਮੁੱਦੇ ਹੈ ਜਿਹੜੇ ਅਸਲ ਚੀਜ਼ਾਂ ਹੈ ਉਹ ਤਾਂ ਨਾਲ ਤੁਹਾਡੇ ਸਕੂਲ ਚ ਕਿਹੜੀ ਚੀਜ਼ ਦੀ ਕਮੀ ਹੈ ਇੱਕ ਬਿਲਡਿੰਗ ਦੇ ਉੱਤੇ ਦੂਜੀ ਬਿਲਡਿੰਗ ਪਾਉਣ ਲੱਗ ਗਏ ਆ ਤੁਹਾਡੇ ਮਹਿਕਮੇ ਨੇ ਇਹ ਤਾਂ ਵੇਖਿਆ ਨਹੀਂ ਕਿ ਇਠਾਂ ਵਾਲੀ ਜਿਹੜੀ ਹੈ ਉਹ ਛੱਤ ਆ ਉਹ ਕਮਜ਼ੋਰ ਹੈ